ਇਹ ਅਸੀਂ ਅੱਜ ਟੋੜਾ ਪਿੰਡ ਆਏ ਆ ਫੈਮਿਲੀ ਨੂੰ ਮਿਲਿਆ ਉਸ ਪਰਿਵਾਰ ਦਾ ਜੋ ਮੁਖੀਆ ਹੈ ਉਹ ਅਪੰਗ ਹੈ ਤੇ ਉਹਨਾਂ ਦਾ ਇੱਕ 11 ਸਾਲ ਦਾ ਬੇਟਾ ਹੈ ਜਿਹਨੂੰ ਕਿ ਸ਼ੂਗਰ ਦੀ ਬਿਮਾਰੀ ਹੈ ਤੇ ਉਹਨੂੰ ਇਨਸੂਲਿਨ ਦੇ ਟੀਕੇ ਲੱਗਦੇ ਨੇ ਰੋਜ਼ 4 ਟੀਕੇ ਲੱਗਦੇ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਆ ਜੋ ਸ਼ੂਗਰ ਦੀ ਬਿਮਾਰੀ ਦੇ ਵਿੱਚ ਇਨਸੂਲਿਨ ਦਾ ਜੋ ਖਰਚਾ ਹੈ ਉਹ 8 ਤੋਂ 10 ਹਜ਼ਾਰ ਰੁਪਏ ਮਹੀਨੇ ਤੱਕ ਜਾਂਦਾ ਹੈ ਤੇ ਅਸੀਂ ਅੱਜ ਇੱਕ ਕੋਸ਼ਿਸ਼ ਕੀਤੀ ਹੈ ਤੁਹਾਡੇ ਦਸਵੰਧਾਂ ਤੋਂ ਅਸੀਂ ਇਹਨਾਂ ਵਾਸਤੇ ਰਾਸ਼ਨ ਲੈ ਕੇ ਜਾ ਰਹੇ ਹਾਂ ਤੇ ਰਾਸ਼ਨ ਦੇ ਨਾਲ ਅਸੀਂ ਉਹਨਾਂ ਨੂੰ ਕੁਛ ਕੱਪੜੇ ਵੀ ਦੇਵਾਂਗੇ ਤੋ ਇਹ ਆਪਾਂ ਸ਼ਵਨਦੀਪ ਸਿੰਘ ਇਹਨਾਂ ਬੱਚੇ ਦੇ ਘਰ ਆਏ ਸੀਗੇ ਇਹ 11 ਸਾਲ ਦਾ ਹੈ ਤੇ ਇਹ ਪਹਿਲਾਂ ਤਾਂ ਸਕੂਲ ਜਾਂਦਾ ਸੀਗਾ ਹੁਣ ਇਹ ਸਕੂਲ ਜਾਣਾ ਵੀ ਇਹਨੇ ਬੰਦ ਕਰਤਾ ਉਹਦੇ ਪਿੱਛੇ ਰੀਜ਼ਨ ਹੈ ਕਿ ਇਹਨੂੰ ਹੁਣ ਸ਼ੂਗਰ ਦੀ ਬਿਮਾਰੀ ਹੋ ਗਈ ਹੈ ਤੇ ਬੇਟਾ ਜ਼ਰਾ ਆਪਣਾ ਦਿਖਾਉਂਗੇ ਸ਼ੂਗਰ ਕਰਕੇ ਕੀ ਤੁਹਾਡਾ ਓਪਰੇਸ਼ਨ ਹੋਇਆ ਨਾ ਪੇਟ ਦਾ PGI ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਇਹ ਓਪਰੇਸ਼ਨ ਹੋਇਆ ਹੈ ਇਹਦੇ ਕਰਕੇ ਸ਼ੂਗਰ ਕਰਕੇ ਇਹਨਾਂ ਨੂੰ ਪ੍ਰੋਬਲਮ ਆ ਗਈ ਸੀਗੀ ਜਿਹਦੇ ਕਰਕੇ ਫਿਰ ਇਹਨਾਂ ਦਾ ਓਪਰੇਸ਼ਨ ਕਰਨਾ ਪਿਆ ਇਹਨਾਂ ਦਾ ਹੁਣ ਮੰਥਲੀ ਖਰਚਾ ਹੈ ਤਕਰੀਬਨ 8 ਹਜ਼ਾਰ ਤੋਂ 10 ਹਜ਼ਾਰ ਤੱਕ ਦਾ ਸਿਰਫ ਇਨਸੂਲਿਨ ਦੇ ਇੰਜੈਕਸ਼ਨ ਦਾ ਹੀ ਖਰਚਾ ਹੈ ਇੱਕ ਦਿਨ ਦੇ ਵਿੱਚ ਤਕਰੀਬਨ 4 ਇੰਜੈਕਸ਼ਨ ਇਹਨਾਂ ਨੂੰ ਲੱਗਦੇ ਨੇ ਤਾਂ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪਿੰਡ ਦੇ ਵਿੱਚ ਜੋ ਸ਼ੂਗਰ ਦੀ ਡਾਇਟ ਹੈ ਉਹ ਮੇਨਟੇਨ ਕਰਨੀ ਬਹੁਤ ਮੁਸ਼ਕਿਲ ਹੈ ਇਹਦੀ ਇੱਕ ਬਹੁਤ ਪ੍ਰੋਪਰ ਡਾਇਟ ਹੈ ਸ਼ੂਗਰ ਦੇ ਮਰੀਜ਼ਾਂ ਲਈ ਉਹ ਮੇਨਟੇਨ ਕਰਨੀ ਪੈਂਦੀ ਹੈ ਇਹ ਲੋਕ ਉਹ ਡਾਇਟ ਮੇਨਟੇਨ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਕਿ ਇਹਨਾਂ ਦਾ ਰਿਕਵਰੀ ਪ੍ਰੋਸੈਸ ਬਹੁਤ ਜ਼ਿਆਦਾ ਸਲੋ ਹੈ ਸਾਡੇ ਦੋਸਤ ਭਰਾ ਜੋ ਇਹ ਵੀਡੀਓ ਦੇਖ ਰਹੇ ਨੇ ਉਹ ਸਾਨੂੰ ਮਦਦ ਭੇਜਦੇ ਨੇ ਕਿ ਅਸੀਂ ਤੁਹਾਡੇ ਵਰਗੇ ਬੱਚਿਆਂ ਦੀ ਮਦਦ ਕਰ ਸਕੀਏ ਤੁਸੀਂ ਬਸ ਆਪਣੀ ਪੜ੍ਹਾਈ ਉੱਪਰ ਧਿਆਨ ਦਿਓ ਇੱਕ ਵਾਰ ਸਾਰੇ ਆਪਣੇ ਦੋਸਤਾਂ ਨੂੰ ਥੈਂਕ ਯੂ ਜ਼ਰੂਰ ਦਿਓ ਥੈਂਕ ਯੂ ਦੋਸਤ ਬੰਦਾ ਤੋਂ ਰਾਸ਼ਨ ਪਹੁੰਚਾਤਾ ਹੈ ਔਰ ਸੇਵਾ ਭੇਜੀ ਹੋਈ ਹੈ ਤੁਹਾਡੇ ਕੰਮ ਆਉਣਗੇ ਠੀਕ ਹੈ ਦੁਬਾਰਾ ਆਵਾਂਗੇ ਰੋਣਾ